ਹਾਂਜੀ, ਸਭ ਤੋਂ ਪਹਿਲਾਂ ਮੇਰੇ ਯੂਟਿਊਬ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਮਾਘੀ ਮੇਲੇ ਦੀਆਂ ਲੱਖ ਲੱਖ ਵਧਾਈਆਂ। ਅਤੇ ਉਸ ਦੇ ਦੌਰਾਨ ਹੀ ਅੱਜ ਤੁਹਾਨੂੰ ਦਿਖਾਵਾਂਗੇ ਜੋ ਮਾਘ ਦੀ ਸੰਗਰਾਂਦ ਦੇ ਦਿਹਾੜੇ ਮੌਕੇ ਜੋ ਵੱਖ ਵੱਖ ਥਾਵਾਂ 'ਤੇ ਸਰਦੂਲਗੜ੍ਹ ਵਿਖੇ ਜੋ ਲੰਗਰ ਲਾਇਆ ਗਿਆ ਹੈ। ਤਾਂ ਤੁਸੀਂ ਸਭ ਤੋਂ ਪਹਿਲਾਂ ਜੋ ਸਕਰੀਨ ਦੇ ਉੱਪਰ ਦੇਖੋਗੇ, ਸ਼੍ਰੀ ਬਾਲਾ ਜੀ ਸੇਵਾ ਸੰਮਤੀ ਜੋ ਕਿ ਲੰਗਰ ਕਮੇਟੀ ਹੈ, ਜੋ ਕਿਤੇ ਵੀ ਪ੍ਰੋਗਰਾਮ ਹੁੰਦਾ ਹੈ ਇਹ ਉੱਥੇ ਲੰਗਰ ਦੀ ਸੇਵਾ ਵੱਧ ਚੜ੍ਹ ਕੇ ਨਿਭਾਉਂਦੇ ਨੇ ਬਿਨਾਂ ਕਿਸੇ ਮੋਹ ਲਾਲਚ ਤੋਂ। ਤਾਂ ਇਹਨਾਂ ਵੱਲੋਂ ਜੋ ਅੱਜ ਛੋਲੇ ਭਟੂਰਿਆਂ ਦਾ ਲੰਗਰ ਲਾਇਆ ਗਿਆ ਹੈ, ਤਾਂ ਅੱਗੇ ਵੀ ਤੁਹਾਨੂੰ ਵੱਖ ਵੱਖ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਵੱਖ ਵੱਖ ਲੰਗਰਾਂ ਦੀਆਂ ਵੱਖ ਵੱਖ ਏਰੀਏ ਦੀਆਂ। ਤਾਂ ਜੋ ਮਾਘੀ ਦੇ ਦਿਹਾੜੇ ਮੌਕੇ ਸਰਦੂਲਗੜ੍ਹ ਦੇ ਵਿੱਚ ਤੁਹਾਨੂੰ ਵੱਖ ਵੱਖ ਥਾਵਾਂ 'ਤੇ ਜੋ ਲੰਗਰ ਲਾਇਆ ਗਿਆ ਹੈ ਉੱਥੋਂ ਦੀ ਤਸਵੀਰਾਂ ਦਿਖਾਵਾਂਗੇ। ਤੁਸੀਂ ਦੇਖ ਰਹੇ ਹੋ ਜੋ ਮਾਘੀ ਮੇਲੇ ਤੋਂ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ 14 ਜਨਵਰੀ ਨੂੰ ਮੁਕਤਸਰ ਸਾਹਿਬ ਵਿਖੇ ਜੋ ਜੋੜ ਮੇਲਾ ਲੱਗਦਾ ਹੈ, ਜੋ ਕਿ ਖਿਦਰਾਣੀ ਦੀ ਢਾਬ ਵਿਖੇ ਜੋ ਇੱਕ ਜੰਗ ਹੋਈ ਸੀ ਜਿਸ ਦੇ ਵਿੱਚ 40 ਸਿੰਘ ਸ਼ਹੀਦ ਹੋਏ ਸੀ, ਤਾਂ ਉਹਨਾਂ ਸਿੰਘਾਂ ਨੂੰ ਵੀ ਕੋਟੀ ਕੋਟੀ ਪ੍ਰਣਾਮ ਹੈ ਮੇਰੇ ਚੈਨਲ ਵੱਲੋਂ। ਤਾਂ ਜੋ ਇਹ 14 ਜਨਵਰੀ ਨੂੰ ਹਰ ਸਾਲ ਇਹ ਤਿਉਹਾਰ ਮਾਘੀ ਦਾ ਮਨਾਇਆ ਜਾਂਦਾ ਹੈ, ਜੋ ਮਕਰ ਸੰਕ੍ਰਾਂਤ ਵੀ ਕਹਿ ਦਿੰਦੇ ਨੇ ਲੋਹੜੀ ਤੋਂ ਦੂਸਰੇ ਦਿਨ। ਤਾਂ ਤੁਸੀਂ ਦੇਖ ਰਹੇ ਹੋ ਕਿ ਵੱਖ ਵੱਖ ਥਾਵਾਂ 'ਤੇ ਜੋ ਅੱਜ ਲੰਗਰ ਲਗਾਏ ਗਏ ਨੇ, ਗੁਰੂ ਘਰਾਂ ਦੇ ਵਿੱਚ ਵੀ ਜੋ ਪਿਛਲੇ 3 ਦਿਨਾਂ ਤੋਂ ਪ੍ਰਕਾਸ਼ ਹੋਏ ਸੀ ਅਖੰਡ ਪਾਠਾਂ ਦੇ, ਸੋ ਉੱਥੇ ਵੀ ਜੋ ਭੋਗ ਪਾਏ ਗਏ ਨੇ, ਸੋ ਉੱਥੇ ਵੀ ਜੋ ਲੰਗਰ ਚੱਲ ਰਿਹਾ ਹੈ, ਸੋ ਸੰਗਤਾਂ ਵੱਧ ਚੜ੍ਹ ਕੇ ਗੁਰੂ ਘਰਾਂ ਦੇ ਵਿੱਚ ਸੇਵਾ ਕਰ ਰਹੀਆਂ ਨੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਸੋ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਇਹਨਾਂ ਵੀਰਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਜੋ ਇਹ ਉਪਰਾਲਾ ਹਰ ਤਿਉਹਾਰ 'ਤੇ ਕਰਦੇ ਨੇ। ਇਸੇ ਤਰ੍ਹਾਂ ਇਹ ਮੇਲੇ, ਇਸੇ ਤਰ੍ਹਾਂ ਇਹ ਤਿਉਹਾਰ ਬੜੀ ਖੁਸ਼ੀਆਂ ਦੇ ਨਾਲ ਮਨਾਏ ਜਾਣ, ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਤਾਂ ਤੁਸੀਂ ਦੇਖ ਸਕਦੇ ਹੋ ਵੱਖ ਵੱਖ ਥਾਵਾਂ ਦੀਆਂ। ਸੋ ਇਸ ਤੋਂ ਅੱਗੇ ਆਪਾਂ ਬੇਸਹਾਰਾ ਗਊ ਧਾਮ ਅਤੇ ਪੁਰਾਣੀ ਗਊਸ਼ਾਲਾ ਉੱਥੋਂ ਦੀ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਜੋ ਲੰਗਰ ਲਗਾਏ ਗਏ ਨੇ ਪੁਰਾਣਾ ਸਿਨੇਮਾ ਰੋਡ 'ਤੇ, ਅਨਾਜ ਮੰਡੀ, ਬੱਸ ਸਟੈਂਡ ਦੇ ਕੋਲ, ਹੋਸਪਿਟਲ ਰੋਡ, ਪੁਰਾਣਾ ਬਾਜ਼ਾਰ, ਵੱਖ ਵੱਖ ਥਾਵਾਂ ਦੀਆਂ ਤੁਹਾਨੂੰ ਤਸਵੀਰਾਂ ਜੋ ਦਿਖਾਈਆਂ ਜਾ ਰਹੀਆਂ ਨੇ। ਤਾਂ ਇਹ ਪੰਜਾਬ ਦੀ ਧਰਤੀ ਹੈ, ਬੜੀ ਭਾਗਾਂ ਵਾਲੀ ਧਰਤੀ ਹੈ ਪੰਜਾਬ ਦੀ, ਕਿ ਜਿੱਥੇ ਸਾਡੇ ਜੋ ਪੰਜਾਬੀ ਖੁੱਲ੍ਹੇ ਦਿਲ ਨਾਲ ਜੋ ਲੰਗਰ ਲਾਉਂਦੇ ਨੇ। ਪਿੱਛੇ ਤੁਸੀਂ ਦੇਖਿਆ ਸੀ ਜੋ ਛੋਟੇ ਸਾਹਿਬਜ਼ਾਦਿਆਂ ਦਾ ਜੋ ਸ਼ਹੀਦੀ ਦਿਹਾੜਾ ਸੀ, ਸੋ ਉਦੋਂ ਵੀ ਜਦੋਂ ਫਤਿਹਗੜ੍ਹ ਸਾਹਿਬ ਨੂੰ ਜੋ ਸੰਗਤ ਜਾਂਦੀ ਸੀ ਉਹਨਾਂ ਵਾਸਤੇ ਜੋ ਬ੍ਰੈਡ ਦਾ ਲੰਗਰ, ਕਿਸੇ ਵੀ ਤਰ੍ਹਾਂ ਦਾ ਲੰਗਰ ਦਾ ਜੋ ਸ਼ਰਧਾਲੂਆਂ ਵੱਲੋਂ ਰਾਹ ਦੇ ਵਿੱਚ ਇੰਤਜ਼ਾਮ ਕੀਤਾ ਗਿਆ ਸੀ, ਸੋ ਵੱਖ ਵੱਖ ਤਰ੍ਹਾਂ ਦੀ ਸੇਵਾ ਨਿਭਾਈ ਗਈ ਉਸ ਵਕਤ ਵੀ। ਸੋ ਇੱਕ ਫੇਸਬੁੱਕ 'ਤੇ ਜਿਵੇਂ ਮੈਂ ਵੀਡੀਓ ਦੇਖੀ ਸੀ ਕਿ ਜੋ ਮਕੈਨਿਕ ਵੀ
ਸਨ ਉਹਨਾਂ ਵੱਲੋਂ ਵੀ ਜੋ ਸੇਵਾ ਦਿੱਤੀ ਗਈ ਸੀ ਕਿ ਕੋਈ ਵੀ ਅਗਰ ਆਵਾਜਾਈ ਖਰਾਬ ਹੁੰਦੀ ਹੈ, ਕਿਸੇ ਵੀ ਤਰ੍ਹਾਂ ਦੀ ਤਕਨੀਕੀ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਫ੍ਰੀ ਜੋ ਸੇਵਾ ਨਿਭਾਵਾਂਗੇ। ਕੋਈ ਗੱਡੀ ਖਰਾਬ ਹੁੰਦੀ ਹੈ, ਕਿਤੇ ਵੀ ਸਾਨੂੰ ਕੌਲ ਕਰੋ, ਅਸੀਂ ਤੁਹਾਡੀ ਸੇਵਾ 'ਚ ਹਰ ਵਕਤ ਹਾਜ਼ਰ ਰਹਾਂਗੇ। ਜੋ ਕਿ ਜਦੋਂ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਿਹਾ ਸੀ, ਤਾਂ ਪੋਹ ਦੇ ਮਹੀਨੇ ਵਿੱਚ ਵੀ ਵੱਡੀਆਂ ਕੁਰਬਾਨੀਆਂ ਕੀਤੀਆਂ ਗਈਆਂ। ਪੂਰੇ ਦੁਨੀਆ ਨੂੰ ਬਚਾਉਣ ਵਾਸਤੇ ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੂਰੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ ਸੀ, ਨਿਸ਼ਾਵਰ ਕਰ ਦਿੱਤਾ ਸੀ, ਜੋ ਕਿ ਸੂਬੇਦਾਰ ਨਵਾਬ ਖਾਂ ਵੱਲੋਂ ਮੁਸਲਮਾਨ ਧਰਮ ਅਪਣਾਉਣ ਵਾਸਤੇ ਜਿੱਦੋ ਜਹਿਦ ਤਸੀਹੇ ਦਿੱਤੇ ਗਏ ਸੀ, ਪਰ ਛੋਟੇ ਸਾਹਿਬਜ਼ਾਦਿਆਂ ਨੇ ਈਨ ਨਾ ਮੰਨੀ, ਜੋ ਇੱਟ ਨਾਲ ਇੱਟ ਖੜਕਾ ਕੇ ਰੱਖ ਦਿੱਤੀ। ਸੋ ਉਸ ਜੰਗ ਦੇ ਵਿੱਚ ਕਾਫੀ ਸ਼ਹੀਦੀਆਂ ਵੀ ਪਾਈਆਂ ਗਈਆਂ, ਤਾਂ ਤੁਸੀਂ ਦੇਖ ਸਕਦੇ ਹੋ। ਸੋ ਜੋ 26, 27 ਅਤੇ 28 ਦਸੰਬਰ ਨੂੰ ਜੋ ਫਤਿਹਗੜ੍ਹ ਸਾਹਿਬ ਵਿਖੇ ਵੀ ਜੋ ਭਾਰੀ ਮੇਲਾ ਭਰਦਾ ਹੈ, ਸ਼ਹੀਦੀ ਜੋੜ ਮੇਲਾ, ਸੋ ਤੁਹਾਨੂੰ ਇਸ ਵਕਤ ਜੋ ਲੰਗਰ ਦੀਆਂ ਤਸਵੀਰਾਂ ਵੱਖ ਵੱਖ ਥਾਂ 'ਤੇ ਮਾਘ ਮਹੀਨੇ ਦੇ ਦਿਹਾੜੇ ਮੌਕੇ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ, ਸੋ ਬੜੀ ਸ਼ਰਧਾ ਹੈ ਪੰਜਾਬੀਆਂ ਦੇ ਵਿੱਚ, ਜੋ ਪੂਰੇ ਦੇਸ਼ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜੋ ਤਿਉਹਾਰ ਮਨਾਇਆ ਜਾਂਦਾ ਹੈ। ਸੋ ਜੋ ਬੜੇ ਭਾਗਾਂ ਵਾਲੇ ਇਨਸਾਨ ਹੁੰਦੇ ਨੇ, ਜੋ ਲੰਗਰ ਲਾਉਂਦੇ ਨੇ, ਕਾਸੇ ਦੀ ਵੀ ਸੇਵਾ ਲਾਉਂਦੇ ਨੇ, ਸੋ ਸੇਵਾ ਦਾ ਫਲ ਜ਼ਰੂਰ ਮਿਲਦਾ ਹੈ, ਚਾਹੇ ਆਪਾਂ ਥੋੜ੍ਹੀ ਕਰੀਏ ਬਹੁਤੀ ਕਰੀਏ, ਤਾਂ ਸਾਨੂੰ ਸੇਵਾ ਵੱਧ ਚੜ੍ਹ ਕੇ ਕਰਨੀ ਚਾਹੀਦੀ ਹੈ। ਸੇਵਾ ਕਾਸੇ ਦੀ ਵੀ ਹੋਵੇ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਜੇਕਰ ਅਸੀਂ ਪਰਮਾਤਮਾ ਵੱਲ 1 ਕਦਮ ਚੱਲਦੇ ਹਾਂ ਤਾਂ ਪਰਮਾਤਮਾ ਆਪਣੇ ਵੱਲ 100 ਕਦਮ ਚੱਲੇਗਾ। ਤਾਂ ਜੋ ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ ਹੈ ਕਿ ਸੇਵਾ ਨਾਲ ਮਿਲਦਾ ਮੇਵਾ ਕਰਕੇ ਕੋਈ ਦੇਖ ਲਓ, ਤਾਂ ਉਹ ਗੱਲ ਸੱਚ ਹੀ ਕਹੀ ਗਈ ਹੈ। ਇੱਦਾਂ ਦੀ ਸੇਵਾ ਕੀਤੀ ਹੋਈ ਕੋਈ ਪਤਾ ਨਹੀਂ ਲੱਗਦਾ ਕਿ ਕਿੱਡੀ ਤੋਂ ਕਿੱਡੀ ਬਿਮਾਰੀ ਕੱਟੀ ਜਾਵੇ, ਕਿੱਡਾ ਤੋਂ ਕਿੱਡਾ ਦੁੱਖ ਕੱਟਿਆ ਜਾਵੇ, ਕਿੱਡਾ ਤੋਂ ਕਿੱਡਾ ਜੋ ਸੰਕਟ ਆਪਣੇ 'ਤੇ ਆਇਆ ਹੋਇਆ ਹੈ ਉਹ ਸੰਕਟ ਕੱਟਿਆ ਜਾਵੇ। ਸੋ ਬਹੁਤ ਵੱਡੀ ਗੱਲ ਹੈ। ਸੋ ਅੱਜ ਤੁਹਾਨੂੰ ਜੋ ਲੰਗਰ ਦੀਆਂ ਤਸਵੀਰਾਂ ਵੱਖ ਵੱਖ ਥਾਵਾਂ 'ਤੇ ਦਿਖਾਈਆਂ ਜਾ ਰਹੀਆਂ ਨੇ, ਸਰਦੂਲਗੜ੍ਹ ਸ਼ਹਿਰ ਦੇ ਵਿੱਚ, ਜੋ ਪੂਰੇ ਅਲੱਗ ਅਲੱਗ ਏਰੀਏ ਦੇ ਵਿੱਚ ਮੁਹੱਲੇ ਵੱਲੋਂ ਜਾਂ ਕੋਈ ਯੂਨੀਅਨ ਹੈ, ਕਿਸੇ ਵੀ ਕੰਮ ਦੀ ਯੂਨੀਅਨ ਹੈ, ਉਹਨਾਂ ਉਸ ਯੂਨੀਅਨ ਵੱਲੋਂ ਵੱਖ ਵੱਖ ਤਰ੍ਹਾਂ ਦੇ ਜੋ ਲੰਗਰ ਲਗਾਏ ਗਏ ਨੇ ਸੰਗਤਾਂ ਵਾਸਤੇ। ਸੋ ਇਸੇ ਤਰ੍ਹਾਂ ਅੰਨਦਾਤਾ ਭੰਡਾਰੇ ਭਰੇ ਰੱਖਣ।